ਬਹੁਤ ਹੀ ਸਤਿਕਾਰਯੋਗ ਕਿਸਾਨ ਰਾਜ ਜਥੇਬੰਦੀ ਦੇ ਉਗਰਾਹਾਂ ਦੇ ਪ੍ਰਧਾਨ ਸਰਦਾਰ ਜੋਗਿੰਦਰ ਸਿੰਘ ਜੀ ਉਗਰਾਹਾ ਸਾਹਿਬ, ਕਿਸਾਨ ਯੂਨੀਅਨ ਵੱਲੋਂ ਕੋਕਰੀ ਸਾਹਿਬ ਜਾਂ ਹੋਰ ਜਿਹੜੇ ਵੀ ਸਾਥੀ, ਸਰਦਾਰ ਝੰਡਾ ਸਿੰਘ ਜੀ ਜੇਠੂਕੇ, ਹੋਰ ਵੀ ਬਹੁਤ ਸਾਰੇ ਤੁਸੀਂ ਜਿੰਨੇ ਵੀ ਬਹੁਤ ਸਤਿਕਾਰ ਤੋਂ ਬੜੇ ਲੰਮੇ ਸਮੇਂ ਤੋਂ ਕਿਸਾਨ ਸੰਘਰਸ਼ ਨੂੰ ਤੁਸੀਂ ਆਪਣੇ ਪਿੰਡੇ ਤੇ ਵੀ ਅੰਡਾਇਆ ਔਰ ਕਿਸਾਨ ਜਿਹੜੀਆਂ ਮੰਗਾਂ ਕਿਸਾਨੀ ਦੀਆਂ ਉਹਨਾਂ ਨੂੰ ਸਰਕਾਰਾਂ ਦੇ ਅੱਗੇ ਵੀ ਰੱਖਿਆ। ਇਸੇ ਤਰ੍ਹਾਂ ਮਜ਼ਦੂਰ ਯੂਨੀਅਨ ਦੇ ਸਰਦਾਰ ਲਛਮਣ ਸਿੰਘ ਜੀ ਸੇਵੇਵਾਲਾ ਸਾਹਿਬ, ਠੀਕ ਹੈ ਸੰਘਰਸ਼ ਕਰਨ ਨੂੰ ਕਿਸੇ ਦਾ ਵੀ ਜੀ ਨਹੀਂ ਕਰਦਾ ਹੁੰਦਾ, ਜਦੋਂ ਉਹ ਮੰਗਾਂ ਦੀ ਸਰਕਾਰਾਂ ਤੱਕ ਪਹੁੰਚਾਉਣ ਦੀ ਲੋੜ ਪੈਂਦੀ ਹੈ, ਕੋਈ ਵਜ੍ਹਾ ਬਣ ਜਾਂਦੀ ਹੈ। ਸੋ ਮੈਂ ਪੰਜਾਬ ਸਰਕਾਰ ਵੱਲੋਂ, ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ, ਮੈਂ ਆਪਣੇ ਵੱਲੋਂ, ਚਾਹੇ ਮੈਂ ਮਾਨ ਸਾਹਿਬ ਦੀ ਸਰਕਾਰ ਚ ਖੇਤੀਬਾੜੀ ਮੰਤਰੀ ਹਾਂ, ਪਰ ਮੇਰੇ ਕਿਸਾਨ ਤੇ ਮਜ਼ਦੂਰ ਭਰਾ ਇਹਨਾਂ ਦੇ ਆਗੂ ਵੀ ਜਾਣਦੇ ਆ ਕਿ ਮੈਂ ਇਹਨਾਂ ਵਿਚੋਂ ਲੰਘਿਆ ਤੇ ਇਹਨਾਂ ਗੱਲਾਂ ਨੂੰ ਵੀ ਜਾਣਦਾ। ਔਰ ਅੱਜ ਦਾ ਜੋ ਮੈਮੋਰੈਂਡਮ ਮੰਗ ਪੱਤਰ ਦੋਨਾਂ ਜਥੇਬੰਦੀਆਂ ਨੇ ਦਿੱਤਾ, ਉਹਨਾਂ ਨੂੰ ਆਪਣੀ ਸਰਕਾਰ ਵਿਚ ਸਰਦਾਰ ਭਗਵੰਤ ਸਿੰਘ ਜੀ ਮਾਨ, ਦੂਸਰੇ ਸਾਰੇ ਨੁਮਾਇੰਦਿਆਂ ਕੋਲੇ ਪੇਸ਼ ਕਰਕੇ ਇਹਨਾਂ ਤੇ ਨਜ਼ਰਸਾਨੀ ਕਰਕੇ ਇਹ ਜਿਵੇਂ ਵੀ ਵਾਰੀ ਸਰ ਵਾਰੀ ਇਹਨਾਂ ਨੂੰ ਅਸੀਂ, ਕਿਉਂਕਿ ਇਹ ਵੀ ਸਾਡੇ ਭਰਾ ਹੈ, ਸਾਡੇ ਪੰਜਾਬ ਦੇ ਹੈ, ਪੰਜਾਬ ਦੀ ਖਾਤਰ ਲੜ ਰਹੇ ਇਹਦੇ ਚ ਕੋਈ ਸ਼ੱਕ ਨਹੀਂ। ਸੋ ਇਹਨਾਂ ਸਾਰੀਆਂ ਜੋ ਇਹਨਾਂ ਨੇ ਆਪਣੀਆਂ ਮੰਗਾਂ ਦਿੱਤੀਆਂ ਇਹ ਸਰਦਾਰ ਭਗਵੰਤ ਸਿੰਘ ਮਾਨ ਨੂੰ ਸਰਕਾਰ ਦੇ ਪੇਸ਼ ਕਰੂੰਗਾ ਔਰ ਮੈਂ ਤੁਹਾਡਾ ਵਕੀਲ ਬਣ ਕੇ ਤੁਹਾਡੀ ਸਾਰੀ ਗੱਲ ਉਹਨਾਂ ਅੱਗੇ ਰੱਖੂੰਗਾ।